ਖੋਜ ਸੰਸਥਾ ਇਸਰੋ ਜਿਸ ਨੇ ਸੰਸਾਰ ਨੂੰ ਆਪਣੇ ਕਾਰਨਾਮਿਆਂ ਨਾਲ ਹੈਰਾਨ ਕੀਤਾ ਨੇ ਇੱਕ ਵਾਰ ਫੇਰ ਇਤਿਹਾਸ ਸਿਰਜਿਆ। ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰਿਕੋਟਾ ਲਾਂਚਿੰਗ ਸੈਂਟਰ 'ਚ ਵੀਰਵਾਰ ਦੇਰ ਰਾਤ ਇਸਰੋ ਦੇ ਵੱਲੋਂ ਇੱਕ ਅਜਿਹਾ ਉਪਗ੍ਰਹਿ ਲਾਂਚ ਕੀਤਾ ਗਿਆ ਜੋ ਹੁਣ ਤੱਕ ਕਿਸੇ ਵੀ ਦੇਸ਼ ਨੇ ਨਹੀਂ ਕੀਤਾ। ਵੱਡੀ ਗੱਲ ਇਹ ਹੈ ਕਿ ਉਪਗ੍ਰਹਿ ਨੂੰ ਹਾਈ ਸਕੂਲ ਦੇ ਬੱਚਿਆਂ ਨੇ ਬਣਾਇਆ ਤੇ ਇਸ ਨੂੰ ਮੁਫਤ ਲਾਂਚ ਕੀਤਾ ਗਿਆ। ਪਹਿਲੀ ਵਾਰ ਇਸਰੋ ਨੇ ਕਿਸੇ ਭਾਰਤੀ ਪ੍ਰਾਈਵੇਟ ਸਕੂਲ ਦਾ ਉਪਗ੍ਰਹਿ ਲਾਂਚ ਕੀਤਾ। ਤੁਹਾਨੂੰ ਦੱਸ ਦਈਏ ਕਿ ਇਸਰੋ ਨੇ ਉਪਗ੍ਰਹਿ ਕਲਾਮ ਸੈਟ ਨੂੰ ਵੀਰਵਾਰ ਦੀ ਰਾਤ 11:37 ਉੱਤੇ ਆਪਣੇ PSLV ਰਾਕੇਟ ਨਾਲ ਤਿਆਰ ਕੀਤਾ। ਇਸਰੋ ਦੇ ਅਨੁਸਾਰ ਇਹ ਹੁਣ ਤੱਕ ਸੰਸਾਰ ਦਾ ਸਭ ਤੋਂ ਛੋਟਾ ਉਪਗ੍ਰਹਿ ਹੈ। ਕਰੀਬ 1.26 ਕਿਲੋਗ੍ਰਾਮ ਦਾ ਇਹ ਉਪਗ੍ਰਹਿ ਲੱਕੜੀ ਦੀ ਕੁਰਸੀ ਤੋਂ ਵੀ ਹਲਕਾ ਹੈ। ਕਲਾਮ ਸੈਟ ਦਾ ਨਾਮ ਸਾਬਕਾ ਰਾਸ਼ਟਰਪਤੀ ਅਤੇ ਵਿਗਿਆਨੀ ਡਾਕਟਰ APJ ਅਬਦੁਲ ਕਲਾਮ ਦੇ ਨਾਮ ਤੇ ਰੱਖਿਆ ਗਿਆ। ਸਪੋਸ ਕਿਡਸ ਨਾਂ ਵਾਲੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਨੂੰ ਸਿਰਫ 6 ਦਿਨ ਵਿੱਚ ਬਣਾਇਆ। ਬਿਊਰੋ ਰਿਪੋਰਟ, ਦੈਨਿਕ ਸਵੇਰਾ TV।